ਉੜਦੇ ਨੇ ਤੇ ਆਪਣੀ ਮੁਬਾਰਕ ਜ਼ਬਾਨ ਇਹੋ ਅਜੀਤ ਸਿੰਘ ਨੂੰ ਖੁਸ਼ੀਆਂ ਫਰਮਾਉਂਦੇ ਨੇ। Yeah।
ਅਜੀਤ ਸਿੰਘਾ ਐਸੀ ਕਲਣਾ ਕਾਰ ਅਜੀਤ ਸਿੰਘਾ ਭਗਵਾਨ ਹਨ ਉਹ ਲੋਕ ਜਿਨ੍ਹਾਂ ਨੂੰ ਧਰਮ ਪਿੱਛੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੁੰਦਾ ਐਸੀਆਂ ਸ਼ਹਾਦਤਾਂ ਸਾਰਿਆਂ ਨੂੰ ਨਸੀਬ ਨਹੀਂ ਹੁੰਦੀਆਂ ਉਹਨਾਂ ਦਾ ਇਤਿਹਾਸ ਵਿੱਚ ਨਾਮ ਰਹਿ ਜਾਂਦਾ ਜੋ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਕਿਸੇ ਮਹਾਜ਼ ਉੱਤੇ ਲਿਜਾ ਕੇ ਸਾਹਿਲ ਨਾਲ ਟਕਰਾਉਂਦੇ ਨੇ ਖਾਲਸਾ ਜੀ ਸਾਹਿਬ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਗਿਆ गरीब नवाज ने उसकी कमांड थले सत सिंह भेजे उन्हां सत्तां सिंघां ने दुश्मन नूं मैदाने जंग विच्चों एक बार खदेड़ के रख दिता है। हलचल मच गई। वजीर खां ने आख्या ए गुरु गोबिंद सिंह दा साहिबजादा है। सीस ते लगी हुई कलगी वेख के कुछ जरनैलां ने यह भुलेखा खादा कि गुरु गोबिंद सिंह आप मैदान विच आए ने। वजीर खां ने कहा नहीं, ਇਹ ਗੁਰੂ ਗੋਬਿੰਦ ਸਿੰਘ ਦਾ ਜੇਠਾ ਸਾਹਿਬਜ਼ਾਦਾ ਹੈ, ਜਿਹੜਾ ਬਚ ਕੇ ਲੜਿਓ। ਇਹ ਮਹਾਨ ਤਲਵਾਰੀਆ ਹੈ, ਇਹ ਮਹਾਨ ਤੀਰ ਅੰਦਾਜ਼ ਹੈ, ਇਹ ਬਲੀ ਬਹਾਦਰ ਯੋਧਾ ਹੈ, ਲੇਕਿਨ ਜਿਉਂਦਾ ਵਾਪਸ ਨਾ ਜਾਏ। ਖਾਲਸਾ ਜੀ ਗੁਰਦੇਵ ਪਿਤਾ ਦੁਸ਼ਤ ਤੇ ਮਕਾਨ ਤੇ ਸਾਹਿਬ ਨੂੰ ਲੜਦਿਆਂ ਵੇਖ ਰਹੇ। ਬੇਟੇ ਦੀ ਛਾਤੀ ਵਿੱਚ ਤੀਰ ਵੱਜਦਾ, ਖੂਨ ਦੀਆਂ ਨਦੀਆਂ ਵਹਿੰਦੀਆਂ ਨੇ। ਵੇਖਦਿਆਂ ਵੇਖਦਿਆਂ ਆਖਿਰਕਾਰ ਬੇਰਾ ਬੇਰਾ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਾਰਾ ਸਰੀਰ ਖੂਨ ਨਾਲ ਲਥਪਥ ਹੋ ਕੇ ਇੱਕ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣਿਆ ਔਰ ਆਖਰੀ ਵਾਰ ਪਿਤਾ ਨੂੰ ਫਤਿਹ ਬੁਲਾ ਕੇ ਸਾਹਿਬਜ਼ਾਦਾ ਗੁਰਪੁਰੀ ਜਾ ਵਸਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਦੀ ਬਾਰਗਾਹ ਵਿੱਚ ਅਰਦਾਸ ਕਰ ਰਹੇ ਸਨ, ਹੇ ਅਕਾਲ ਪੁਰਖ ਵਾਹਿਗੁਰੂ, ਬੜੀ ਕਿਰਪਾ ਕੀਤੀ ਹੈ ਤੁਸਾਂ, ਮੈਨੂੰ ਚਾਰ ਪੁੱਤਰਾਂ ਦਾ ਪਿਤਾ ਬਣਾਇਆ, ਤੁਹਾਡੀ ਅਮਾਨਤ ਤੁਹਾਡੇ ਖਜ਼ਾਨੇ ਵਿੱਚ ਦਾਖਲ ਕਰ ਰਿਹਾ ਹਾਂ, ਇਸ ਮੇਰੀ ਅਮਾਨਤ ਨੂੰ ਆਪਣੇ ਖਜ਼ਾਨੇ ਵਿੱਚ ਪ੍ਰਵਾਨ ਕਰ ਲੈਣਾ। ਗਰੀਬ ਨਵਾਜ਼ ਜੇ ਅਰਦਾਸ ਕਰਕੇ ਹਟੇ ਸਨ ਜਾਂ ਸਾਢੇ ਕੁ 14 ਸਾਲ ਦੀ ਮੁੱਛ ਫੁੱਟਦੀ ਹੋਈ ਸਾਹਿਬ ਜੁਝਾਰ ਸਿੰਘ ਹਜ਼ੂਰ ਦੇ ਸਾਹਮਣੇ ਖਲੋਤੇ, ਸਨਦਬੱਧ ਸਨ, ਸਾਰੇ ਸ਼ਸਤਰ ਸਜਾਏ ਹੋਏ ਸਨ। ਗਰੀਬ ਨਵਾਜ਼ ਨੂੰ ਫਤਿਹ ਬੁਲਾਈ। ਹਜ਼ੂਰ ਨੇ ਆਖਿਆ ਆਓ ਜੁਝਾਰ ਸਿੰਘ ਕਿਵੇਂ ਆਏ ਹੋ? ਕਹਿੰਦਾ ਸੱਚੇ ਪਾਤਸ਼ਾਹ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਣ ਵਾਸਤੇ ਆਇਆ। ਆਪ ਨਾਲ ਮੇਰਾ ਦੋਹਰਾ ਰਿਸ਼ਤਾ ਹੈ, ਆਪ ਗੁਰੂ ਖਾਲਸਾ ਪੰਥ ਦੇ ਗੁਰੂ ਹੋ ਤੇ ਮੈਂ ਸਿੱਖ ਹਾਂ, ਆਪ ਸੈਨਾਪਤੀ ਹੋ, ਮੈਂ ਇੱਕ ਅਧਨਾ ਜਿਹਾ ਸਿਪਾਹੀ। ਸਿੱਖ ਹੋਣ ਦੇ ਨਾਤੇ ਵੀ ਤੁਹਾਡੀ ਆਗਿਆ ਜ਼ਰੂਰੀ ਹੈ, ਸਿਪਾਹੀ ਹੋਣ ਦੇ ਨਾਤੇ ਵੀ ਜਰਨੈਲ ਦੀ ਆਗਿਆ ਲੈਣੀ ਜ਼ਰੂਰੀ ਹੈ। ਪਾਤਸ਼ਾਹ ਸਤਿਗੁਰੂ ਦਇਆ ਕਰੋ, ਰਹਿਮਤ ਦੇ ਘਰ ਵਿੱਚ ਆਓ, ਸਾਹਿਬ ਅਜੀਤ ਸਿੰਘ ਮੈਨੂੰ ਉਡੀਕਦਾ, ਹੁਕਮ ਦਿਓ ਮੈਂ ਉਸ ਨਾਲ ਜਾ ਕੇ ਮਿਲਾਂ। ਗਰੀਬ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਗਦਗਦ ਹੋਈ, ਪਿਆਰ ਵਿੱਚ ਆਏ, ਗਲਵੱਕੜੀ ਵਿੱਚ ਲਿਆ, ਮੱਥਾ ਚੁੰਮਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਜੁਝਾਰ ਸਿੰਘ ਨੂੰ ਇਸ ਤਰ੍ਹਾਂ ਸੰਬੋਧਨ ਹੋਏ। ਸਤਿਗੁਰੀ ਛਾਤੀ ਨ ਲਾਉਂਦੇ ਨੇ ਤੁਹਾਡੇ ਨੇ ਮੱਥਾ ਸਿਰ ਤੋਂ ਫੁੱਲ ਬਰਸਾਉਂਦੇ ਨੇ ਤਨ ਮਨ ਕੁਛ ਹੋਇਆ ਮੇਰਾ ਮੁਖੋਂ ਫਰਮਾਉਂਦੇ ਨੇ ਵੇਖ ਕੇ ਸਜੀ ਗਾ ਤੇਰੇ ਸੁੰਦਰੀ ਤਲਵਾਰ ਨੂੰ ਹੱਥੀ ਗੁਰ ਵਿਦਿਆ ਕਰਦੇ ਛਿੰਦੇ ਦੀਦਾਰ ਨੂੰ ਹੱਥੀ ਪੁੱਤ ਜੰਗ ਨੂੰ ਤੋਰਦੇ।